ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ 3 ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਬਈ ਤਾਜ਼ੀ ਸੂਈ ਆ ਤੇ 2 ਗਾਬਣਾਂ ਨੇ। ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਆਓ ਪੁੱਛ ਲੈਣੇ ਬਾਈ ਤੋਂ ਡੇਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਵਧੀਆ ਵਧੀਆ ਬਾਈ ਜੀ, ਤੁਸੀਂ ਦੱਸੋ। ਨਾਮ ਤੇ ਐਡਰੈਸ ਬੋਲ। ਨਾਮ ਮੇਰਾ ਜੱਸਾ ਵੀਰੇ, ਪਿੰਡ ਸੈਦੋਕੇ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਬਾਈ ਕਿਹੜਾ? ਕਿਵੇਂ ਬਾਈ ਜੀ? ਨੇੜੇ ਪਿੰਡ ਕਿਹੜਾ ਜੀ? ਨੇੜੇ ਪਿੰਡ ਭਾਗੀ ਕੇ ਪੈ ਜਾਂਦਾ, ਅੜਕੜਾ ਵੀ ਪੈ ਜਾਂਦਾ, ਇੱਧਰ ਸਲਾਤਪੁਰਾ ਵੀ ਪੈ ਜਾਂਦਾ। ਮੋਬਾਈਲ ਨੰਬਰ ਬੋਲ। 9681 ਵੀਰੇ, 3732 ਵੀਰੇ। ਠੀਕ ਆ ਬਾਈ, ਠੀਕ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ, ਕਿਹੜਾ ਸੂਆ ਸੂਈ ਹੈ ਇਹ ਵੀਰੇ? ਦੂਜਾ ਸੂਆ, ਪਹਿਲਾਂ ਨੇ ਤਾਂ ਉਹਦੇ 26 ਕਿਲੋ ਦਿੱਤਾ, ਫਾਰਮ ਚੋਂ ਲਈ ਆ। ਠੀਕ ਆ। ਇਹਦੇ ਗਰਲੈਂਡੋ ਸੀਮਨ ਲੱਗਿਆ ਸੀ, ਗਰਲੈਂਡੋ ਦੀ ਇਹਨੇ ਬੱਚੀ ਦਿੱਤੀ ਆ। ਬੱਚੀ ਚੰਗੀ ਆ ਨਾ? ਹਾਂਜੀ ਬਾਈ। ਬੱਚਾ ਬਾਈ ਬੱਚੀ ਦੇਖੋ, ਬੱਚੀ ਕੁਆਲਿਟੀ ਦੇ। ਗਰਲੈਂਡੋ ਦਾ ਬਾਈ ਕਹਿੰਦਾ ਸੀਮਨ ਲੱਗਿਆ ਸੀ, ਤੇ ਕਿੰਨਾ ਫਿਰ ਬਾਹਲਾ ਕੱਢਿਆ ਤਾਂ? ਇਹ ਤਾਂ ਵੀਰੇ 3 ਕਿਲੋ ਆਪਾਂ ਬਾਹਲਾ ਚੋਲਿਆ। ਠੀਕ ਆ। ਜੇਰ ਹਜੇ ਪੈਣੀ ਹੈ, ਘੰਟਾ ਕੀ ਹੋਇਆ ਵੀਰੇ ਹਜੇ? ਘੰਟਾ ਕੀ ਹੋਇਆ? ਹਾਂਜੀ, 1 ਘੰਟਾ ਹੋਇਆ ਸੂਈ ਨੂੰ, ਥੋੜਾ ਟਾਈਮ ਹੀ ਹੋਇਆ, ਜੇਰ ਪੈ ਜਾਣੀ ਆ ਬਾਈ, ਲਾੜਲਾ ਮੁੱਕੀ ਜਾਂਦਾ ਗਾ। ਬੱਚਾ ਬੱਚੀ ਦੇ ਤੇ ਬੌਲਾ ਵੀ ਚੰਗੇ ਤੋਂ ਸਟਾਰਟ ਹੋਈ ਆ। ਲੇਵਾ ਦੇਖੋ, ਲੇਵਾ ਕਮਾਲ ਮਿਲਕ ਵੇਨਸ ਦੇਖੋ, ਇਧਰ ਗੁੱਠਾਂ ਗੱਠਾਂ ਦੀ ਵੀਰੇ, ਹਜੇ ਤਾਂ ਜਦੋਂ ਆਪਦੇ ਦੁੱਧ ਤੇ ਆ ਗਈ, ਪੀਕ ਲੈਵਲ ਤੇ ਆ ਗਈ, ਬਾਹਲਾ ਤਾਂ ਨਹੀਂ ਕਹਿੰਦਾ ਡਾਕਟਰ, ਪਹਿਲਾਂ ਨੇ 26 ਕਿਲੋ ਦੁੱਧ ਦਿੱਤਾ, ਦੂਜਾ ਸੂਆ 30 ਕਿਲੋ ਦੁੱਧ ਖਰਾ ਦਿਓ। ਠੀਕ ਆ। ਨਾਨਾ ਫੁੱਲ ਚੰਗੀਆਂ, ਵੱਡੀ ਨਾੜ ਬਹੁਤ ਚੰਗੀਆਂ, ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਢਾਂਚਾ ਕਮਾਲ ਦਾ, ਬਿਊਟੀ ਆ ਚੰਗੀ ਆ, ਮਿਲਕ ਪੱਖ ਵੀ ਬਾਈ ਨੇ ਚੰਗਾ ਦੱਸਿਆ, ਬੱਚਾ ਵੀ ਮਗਰ ਚੰਗਾ, ਬੱਚੀ ਆ ਬਾਈ, 2 ਨਸਲਾਂ ਮਿਲ ਜਾਣੀਆਂ ਨੇ, ਤੇ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ 1.5 ਸਾਲ। ਹਜੇ ਡਰਦੀ ਹੈ ਨਾ, ਰੱਸੀ ਰੁੱਸੀ ਨਹੀਂ ਪਾਈ ਵੀ ਸੀ ਹਜੇ। ਤੇ ਤੋਰਾ ਦੇਖੋ ਕਮਾਲ ਦਾ, ਢਾਂਚਾ ਫੁੱਲ ਚੰਗਾ, ਬਰੀਡ ਫੁੱਲ ਚੰਗੀ ਆ, ਸੂਈ ਸਵਾਈ ਆ, ਥਾਂ ਲੇਵਾ ਚੰਗਾ, ਤੋਰਾ ਦੇਖੋ ਲੈ, 1 ਨੰਬਰ ਆ, ਕਿਆ ਬਾਤ ਆ ਬਾਈ। ਬਾਈ ਦੀ ਗੱਲ ਸਹੀ ਆ, ਦੁੱਧ ਵਾਕਈ ਚੰਗਾ ਪਾ ਦੂ ਹਨਾ। ਹਾਂਜੀ ਬਾਈ। ਤੋਰਾ ਦੇਖੋ 1 ਨੰਬਰ ਆ, ਫੁੱਲ ਬਰੀਡ ਆ ਬਾਈ, ਫੁੱਲ ਕੱਦ, ਫਰੰਟ ਦੇਖੋ, ਫੇਸ ਦੇਖੋ, ਬਿਊਟੀ ਚੈੱਕ ਕਰ ਲਓ, ਫੇਸ ਤੋਂ ਪਤਾ ਲੱਗ ਜਾਂਦੀ ਆ। ਤੇ ਮੁੱਲ ਕੀ ਆ ਭਰਾ ਜਾਇਜ਼? ਮੁੱਲ ਵੀਰੇ ਬਸ ਫੋਨ ਤੇ ਹੋ ਜੂ, ਜਾਇਜ਼ ਹੀ ਕਰਾਂਗੇ ਮੁੱਲ। ਠੀਕ ਆ। ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੂਗਾ, ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਬੈਡ। ਹਜੇ ਬੱਚੇ ਦਾ ਕਰਕੇ ਨਾ ਵੀਰੇ, ਹਜੇ ਉਹ ਕਰਦੀ ਆ, ਕਾਲੀ ਕਰਦੀ ਆ, ਕਾਲੀ ਕਰਦੀ ਆ ਥੋੜੀ ਜਿਹੀ ਹਨਾ। ਜੀ ਬਾਈ ਸਹੀ ਆ, ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ, ਇਸ ਵਾਰ ਵੀ ਬਾਈ ਕਹਿੰਦਾ ਮੁੱਲ ਆਪਾਂ ਜੀ ਬਾਈ ਜਾਇਜ਼ ਹੀ ਰੱਖਾਂਗੇ। ਅੱਗੇ ਭਰਾ 2 ਨੰਬਰ, ਕਿਹੜਾ ਸੂਆ ਸੁਣਦੀ ਆ ਇਹ ਵੀ ਵੀਰੇ? ਦੂਜਾ, ਇਹ ਦੂਜਾ ਸੂਆ ਵੀਰੇ। ਕਿੰਨੇ ਦਿਨ ਲੈਂਦੀ ਆ ਭਰਾ ਇਹਦੇ ਵੀਰੇ? ਹਜੇ 7-8 ਦਿਨ ਪਏ ਡਾਕਟਰ। 7 ਤੋਂ 8 ਦਿਨ? ਹਾਂਜੀ। ਢਿੱਲਾਂ ਦਿਖਾ ਦੇ। ਹਾਂਜੀ, ਢਿੱਲਾਂ ਬਹੁਤ ਪਈਆਂ, ਹਜੇ ਢਿੱਲਾਂ ਬਹੁਤ ਪਈਆਂ, ਹਜੇ ਤਾਂ ਸਵੈਲਿੰਗ ਸਵੂਲਿੰਗ ਪਾਉਣ ਲੱਗੀ ਹੈ, ਬਣੂ ਵੀਰੇ ਚੰਗੀ। ਥਣ ਬਹੁਤ ਚੰਗਾ ਲੱਗਿਆ। ਹਾਂਜੀ ਬਾਈ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਪੂਰੀ ਵਿੱਥੀ ਤੇ ਥਣ ਲੱਗਿਆ, ਮੂਹਰੋਂ ਲੇਵਾ ਚੈੱਕ ਕਰੋ, ਕੱਲਾ ਕੱਲਾ ਥਣ, ਗੁਲਾਬੀ ਥਣ, ਪੂਰੀ ਵਿੱਥੀ ਤੇ ਜਿਵੇਂ ਮਿਣ ਕੇ ਲਾਇਆ ਹੁੰਦਾ, ਲੇਵਾ ਕਮਾਲ ਦਾ, ਰਾਜੀ ਫੁੱਲ, ਢਾਂਚਾ ਕਮਾਲ ਦਾ, ਖੋਲ ਲੇ ਬਾਈ, ਤੋਰ ਕੇ ਦਿਖਾ ਦੇ, ਪੱਧਰ ਫੁੱਲ ਆ ਤਾਂ ਤੂੰ, ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ? ਬਾਹਲਾ ਤਾਂ ਨਹੀਂ ਕਹਿੰਦਾ ਵੀਰੇ, 22-23 ਕਿਲੋ ਦੁੱਧ ਖੁੱਲਾ ਦੇ। 22 ਤੋਂ 23 ਲੀਟਰ ਦੁੱਧ ਦੀ ਬਾਈ ਕਹਿੰਦਾ ਤੂੰ ਉਮੀਦ ਕਰ, ਕਹਿਣ ਨੂੰ ਆਪਾਂ 25 ਵੀ ਕਹਿ ਦਿੰਦੇ ਆ, 26 ਵੀ ਕਹਿ ਦਿੰਦੇ ਆ, ਪਰ ਜਿਹੜਾ ਰਾਜੀ ਬਾਜੀ ਦੁੱਧ 22-23 ਕਿਲੋ ਖੁੱਲਾ ਦੇ। ਬਰੀਡ ਕਰਮ ਵਾਲੀ ਦੀ ਫੁੱਲ ਪੂਰੀ ਚੰਗੀ ਆ, ਦੇਖੋ 1 ਨੰਬਰ ਆ, ਚਮਕ ਫੁੱਲ ਆ, ਪਲੀ ਵੀ ਫੁੱਲ ਆ, ਹਾਂਜੀ, ਕੱਲੀ ਕੱਚੀ ਆ ਬਾਈ, ਤੇ 5-7 ਦਿਨਾਂ ਨੂੰ ਲੇਵਾ ਨਾ ਇਹਨੇ, ਮੈਂ ਕਹਿੰਦਾ ਤੂੰ ਲੈ ਕੇ ਨਹੀਂ ਤੁਰਿਆ ਜਾਣਾ ਲੇਵਾ, ਜੀ ਜੀ ਇੰਨਾ ਕੱਢੂ, ਜਿਹੜੇ ਹਿਸਾਬ ਨਾਲ ਢਿੱਲਾਂ ਦਿੰਦੀਆਂ ਨੇ। ਫੇਸ ਦੇਖੋ ਲੈ, ਬੋਡੀ ਬਹੁਤ ਚੰਗੀ ਆ, ਸਨੱਖ ਪੁਣਾ ਬੈਡ ਦੇ ਵਿੱਚ, ਫੁੱਲ ਫੁੱਲ ਬਿਊਟੀ ਆ ਕਰਮ ਵਾਲੀ ਦੀ। ਤੇ ਕੀ ਮੁੱਲ ਆ ਫਿਰ ਇਹਦਾ ਵੀ? ਫੋਨ ਤੇ ਹੋ, ਇਹਦਾ ਵੀ ਫੋਨ ਤੇ ਕਰ ਲਾਂਗੇ, ਜੈ ਜੀ ਹੂੰ। ਹਾਂਜੀ ਜੈ ਜੀ ਹੂੰ ਬਾਈ। ਮੁੱਲ ਭਰਾ ਕਹਿੰਦਾ ਫੋਨ ਤੇ ਹੋ ਜਾਊਗਾ, ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ।
ਬੜ ਚੰਗੀ ਆ ਬਈ, ਕਿਸੇ ਪਾਸੋਂ ਬੜ ਮਾਰ ਨਹੀਂ ਖਾਂਦੀ, ਹੱਥ ਧਰਾ ਨਹੀਂ, ਲੇਵਾ ਵੀ ਚੰਗਾ, ਥਾਣ ਵੀ ਬਹੁਤ ਚੰਗਾ, ਮੁੱਠੀ ਵਾਲਾ ਥਾਣ, ਕੱਲੀ ਕੱਚੀ ਕੱਚੀ ਆ ਬਸ, ਤੇ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਜੀ। ਢਿੱਲਾਂ ਦੇਖੋ ਲੈ, ਢਿੱਲਾਂ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਓ, ਢਿੱਲਾਂ ਹਾਂਜੀ ਬਾਨਾ ਬੂਨਾ ਬਹੁਤ ਆ ਵੀਰੇ, ਬਹੁਤ ਬਣੂਗੀ ਜੀ ਬਾਈ। ਅੱਗੇ ਭਰਾ 3 ਨੰਬਰ, ਕਿਹੜਾ ਸੂਆ ਸੁਣਦੀ ਆ? ਇਹ ਵੀ ਦੂਜਾ ਸੂਆ ਬਾਈ। ਕਿੰਨੇ ਦਿਨ ਲੈਂਦੀ ਆ? ਇਹਦੇ ਦਿਨ ਹਜੇ ਬਾਈ 17 ਤਰੀਕ ਨੂੰ ਦਿਨ ਪੂਰੇ ਆ, ਅੱਜ 5 ਦਿਨ ਬਾਕੀ ਆ ਇਹਦੇ। 5 ਦਿਨ ਪਏ? ਹਾਂਜੀ ਠੀਕ ਆ ਬਾਈ। ਇਹਨੇ ਪਹਿਲਾਂ ਨੇ ਦੁੱਧ 26 ਕਿਲੋ ਦਿੱਤਾ, ਫਾਰਮ ਚ ਇਹ ਲਈ ਆ, ਬਰੀਕ ਬਰੂਕ ਬਹੁਤ ਆ ਬਾਈ, ਇਹ ਵੀ ਰਾਜੀ ਬਾਜੀ ਦੁੱਧ 28-29 ਕਿਲੋ ਖੁੱਲਾ ਦੇ ਦੂ। ਤਿਆਰੀਆਂ ਤਿਉਰੀਆਂ ਕਰਮ ਵਾਲੀ ਦੀਆਂ ਬਹੁਤ ਵਧੀਆ। ਸਹੀ ਗੱਲ ਆ, ਲੇਵਾ ਦੇਖੋ, ਗੁਲਾਬੀ ਲੇਵਾ ਬਾਈ, ਕਮਾਲ ਦਾ ਲੇਵਾ, ਫਾੜੀ ਵਾਲਾ ਆਰਡਰ। ਹਾਂਜੀ ਤੇ ਮਗਰ ਮੂਹਰਲਾ ਲੇਵਾ ਲੈ ਜੀ ਬਾਈ, ਓਨਾ ਹੀ ਮਗਰ ਦਿੰਦਾ ਓਨਾ ਹੀ ਮੂਹਰੇ ਦਿੰਦਾ। ਥਾਣ ਦੇਖੋ ਲੈ, ਬੁੱਲੇ ਵਾਲਾ ਥਾਣ, ਕੱਲਾ ਕੱਲਾ ਥਾਣ, ਪੀੜੀ ਦੇ ਪਾਵੇ ਵਰਗੇ ਪੂਰੀ ਵਿੱਥੀ ਦੇ ਥਾਣ ਲੱਗਿਆ, ਕੱਦ ਚੰਗਾ, ਪ੍ਰਿੰਟ ਚੰਗਾ, ਢਾਂਚਾ ਕਮਾਲ ਆ, ਫੇਸ ਬੜਾ ਚੰਗਾ, ਚੰਗੀ ਆ, ਫੁੱਲ ਬਰੀਕੀ ਜਾ ਬਾਈ ਦੀ ਗੱਲ ਸਹੀ ਆ, ਦੁੱਧ ਵਾਕਈ ਚੰਗਾ ਪਾ ਦੂਗੀ। ਤੋਰਾ ਦੇਖੋ 1 ਨੰਬਰ ਆ ਭਰਾ, ਹਜੇ ਫਾਰਮ ਜੋ ਖੁੱਲੀ ਫਿਰਦੀ ਹੈ, ਧੱਕਾ ਕਰਦੀ ਹੈ, ਥੋੜਾ ਧੱਕਾ ਜ਼ਰੂਰ ਕਰੂ ਬਾਈ, ਕਹਿੰਦਾ ਖੁੱਲੀ ਛੱਡੀ ਵੀ ਉੱਤੇ, ਮੁੱਲ ਫਿਰ ਜਾਇਜ਼ ਹੋਊਗਾ? ਹਾਂਜੀ ਮੁੱਲ ਜਾਇਜ਼ ਹੋਣਗੇ, ਵੀਡੀਓ ਤੇ ਕਰ ਦੇਣੇ ਵੀਰੇ। ਬਹੁਤ ਠੀਕ ਆ ਬਾਈ, ਮੁੱਲ ਬਾਈ ਕਹਿੰਦਾ ਫੋਨ ਤੇ ਤੋਰਾ ਤੋਰਾ, ਪੈਰ ਪੂਰ, ਬਾਡੀ ਸਟਰਕਚਰ, ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਬਾਈ, ਕੁਆਲਿਟੀ ਚੈੱਕ ਕਰੋ, ਲੰਬੇ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ, ਘਰ ਰੱਖਣ ਵਾਲੀਆਂ ਚੀਜ਼ਾਂ ਬਾਈ। ਸਹੀ ਗੱਲ ਆ ਬਾਈ। ਲੇਵਾ ਦੇਖੋ ਫਿਟਿੰਗ ਕਿੰਨੀ ਤਗੜੀ ਆ ਲੇਵੇ ਦੀ, ਹਾਲੇ ਬਾਈ ਦੱਸਦਾ ਵੀ 5 ਦਿਨ ਆਰਾਮ ਨਾਲ ਲੈ ਜੂਗੀ, 5 ਦਿਨਾਂ ਨੂੰ ਆਰਡਰ ਆ ਜਿਹੜਾ ਇੱਕ ਨਹੀਂ ਹੋਰ ਤਿਆਰ ਕਰ ਲੈਣਾ, ਪੂਰਾ ਐ ਫਸ ਕੇ ਖੜ ਜੂਗੀ 5 ਦਿਨਾਂ ਨੂੰ, ਫਿਰ ਸੋਣਾ ਕਰਮ ਵਾਲੀ ਨੇ। ਤੇ ਥਾਣ ਦੇਖੋ, ਬੁੱਲੇ ਵਾਲਾ ਥਾਣ, ਕੱਲਾ ਕੱਲਾ ਥਾਣ, ਪੂਰੀ ਵਿੱਥੀ ਦੇ ਥਾਣ, ਕਮਾਲ ਦਾ ਲੇਵਾ ਤਿਆਰ ਕਰਿਆ, ਮੁੱਲ ਭਰਾ ਦੇ ਜਾਇਜ਼ ਹੀ ਹੁੰਦੇ ਹੋਣਗੇ ਬਾਈ ਫੋਨ ਤੇ। ਕਿਸੇ ਵੀਰ ਨੂੰ 3 ਚੋਂ ਕੋਈ ਵੀ ਪਸੰਦ ਆਵੇ, ਬਾਈ ਨਾਲ ਕਨੈਕਟ ਕਰ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।